ਫੇਮਸ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਅਸੀ ਤੁਹਾਡੇ ਸਾਰਿਆਂ ਲਈ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ ਲੈ ਕੇ ਤੇ ਇਹ ਅਪਡੇਟ ਜੁੜੀ ਹੋਈ ਹੈ ਆਉਣ ਵਾਲੀ ਪੰਜਾਬੀ ਫਿਲਮ ਸੁਫਨਾ 2 ਦੇ ਨਾਲ ਜੀ ਹਾਂ ਬਿਲਕੁਲ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਕਿ ਸੁਫਨਾ 2 ਵੀ ਜਲਦ ਹੀ ਆਵੇਗੀ ਸੁਫਨਾ ਫਿਲਮ ਤੁਸੀਂ ਸਾਰਿਆਂ ਨੇ ਵੇਖੀ ਹੀ ਹੋਵੇਗੀ ਤੇ ਫਿਲਮ ਦੇ ਵਿੱਚ ਐਮੀ ਵਰਕ ਤੇ ਤਾਨੀਆਂ ਦੀ ਲਾਜਵਾਬ ਐਕਟਿੰਗ ਨੂੰ ਵੀ ਇਨ ਸ਼ੋਅ ਕੀਤਾ ਹੋਵੇਗਾ ਫਿਲਮ ਨੂੰ ਡਾਇਰੈਕਸ਼ਨ ਦੇ ਪੱਖੋਂ ਵੀ ਕਾਫੀ ਜ਼ਿਆਦਾ ਤਾਰੀਫਾਂ ਮਿਲੀਆਂ ਕਿਉਂਕਿ ਡਾਇਰੈਕਸ਼ਨ ਪੱਖੋਂ ਕੋਈ ਕਮੀ ਦੇਖਣ ਨੂੰ ਨਹੀਂ ਸੀ ਮਿਲੀ ਫਿਰ ਚਾਹੇ ਉਹ ਸਿਨੇਮੈਟੋਗ੍ਰਾਫੀ ਦੀ ਗੱਲ ਹੋਵੇ ਲੋਕੇਸ਼ਨਸ ਦੀ ਗੱਲ ਹੋਵੇ ਕੱਪੜਿਆਂ ਦੀ ਗੱਲ ਹੋਵੇ ਡਾਇਲੌਗਸ ਦੀ ਗੱਲ ਹੋਵੇ ਜਾਂ ਫਿਰ ਐਕਟਿੰਗ ਦੀ ਜਗਦੀਪ ਸਿੱਧੂ ਨੇ ਬਹੁਤ ਵੱਧ ਤਾਰੀਫਾਂ ਖੱਟੀਆਂ ਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਫਿਲਮ ਸੁਪਨਾ ਬਣਾ ਕੇ ਤੇ ਉਥੇ ਹੀ ਜੇ ਗੱਲ ਕਰੀਏ ਫਿਲਮ ਦੇ ਕਨਸੈਪਟ ਦੀ ਤੇ ਲੋਕਾਂ ਨੂੰ ਇੱਕ ਵੱਖਰੇ ਕਨਸੈਪਟ ਤੇ ਵੱਖਰੇ ਜਨਰ ਦੀ ਫਿਲਮ ਬਣਾ ਕੇ ਦਿੱਤੀ ਜਿਸ ਫਿਲਮ ਨੇ ਇੱਕ ਅਲੱਗ ਬੈਂਚਮਾਰਕ ਸੈੱਟ ਕਰ ਦਿੱਤਾ ਪਾਲੀਵੁੱਡ ਇੰਡਸਟਰੀ ਦੇ ਵਿੱਚ ਫਿਲਮ ਦਰਸ਼ਕਾਂ ਨੂੰ ਪਸੰਦ ਆਈ ਤੇ ਉਥੇ ਹੀ ਫਿਲਮ ਨੇ ਬਾਕਸ ਆਫਿਸ ਤੇ ਚੰਗੀ ਕਮਾਈ ਵੀ ਕੀਤੀ ਤੇ ਹਾਲ ਹੀ ਦੇ ਵਿੱਚ ਐਮੀ ਵਰਕ ਤੇ ਤਾਨੀਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਕੀ ਅਸੀਂ ਸੁਫਨਾ 2 ਲੈ ਕੇ ਆਈਏ ਜਾਂ ਫਿਰ ਨਹੀਂ ਤੇ ਹੁਣ ਸੁਫਨਾ ਮੂਵੀ ਇੰਨੀ ਵਧੀਆ ਲੱਗੀ ਸੀ ਸਭ ਨੂੰ ਤੇ ਆਲਮੋਸਟ ਸਾਰਿਆਂ ਦਾ ਜਵਾਬ ਹਾਂ ਹੀ ਹੋਣਾ ਸੀ ਜਿਸ ਤੋਂ ਬਾਅਦ ਹਾਲ ਹੀ ਦੇ ਵਿੱਚ ਡਿਸਾਈਡ ਕਰ ਲਿਆ ਗਿਆ ਹੈ ਕਿ ਜਲਦ ਹੀ ਸੁਫਨਾ 2 ਵੀ ਆਵੇਗੀ ਸੰਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਤਾਨੀਆ ਨੇ ਤੇ ਐਮੀ ਵਰਗ ਨੇ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਇਟਸ ਡਨ ਆਈ ਮੀਨ ਸੁਫਨਾ 2 ਇਹ ਇਟਸ ਕਮਿੰਗ ਤੇ ਬਿਲਕੁਲ ਇਸ ਫਿਲਮ ਨੂੰ ਲੈ ਕੇ ਆ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਜਾਨੀ ਤੇ ਬੀਪਰਾਕ ਮਿਲ ਕੇ ਫਿਲਮ ਦੇ 뮤직 ਦੇ ਉੱਤੇ ਕੰਮ ਕਰਨਗੇ ਤੇ ਕਿੰਨਾ ਬਾਕਮਾਲ 뮤직 ਸਾਨੂੰ ਸੁਫਨਾ ਫਿਲਮ ਦੇ ਵਿੱਚ ਸੁਣਨ ਨੂੰ ਮਿਲਿਆ ਸੀ ਉਨਾ ਹੀ ਜਾਂ ਫਿਰ ਕਹਿ ਲਈਏ ਕਿ ਉਸ ਤੋਂ ਵੀ ਵੱਧ ਬਾਕਮਾਲ 뮤직 ਸਾਨੂੰ ਸੁਫਨਾ 2 ਫਿਲਮ ਦੇ ਵਿੱਚ ਸੁਣਨ ਨੂੰ ਮਿਲੇਗਾ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਫਿਲਮ ਦੀ ਸਟੋਰੀ ਕਿਹੋ ਜੀ ਹੁੰਦੀ ਹੈ ਇਸ ਫਿਲਮ ਦਾ ਕਨਸੈਪਟ ਵੀ ਪਹਿਲਾਂ ਵਾਂਗ ਪੁਰਾਣੇ ਸਮਿਆਂ ਨਾਲ ਹੀ ਜਾਂ ਫਿਰ ਕਹਿ ਲਈਏ ਪਿੰਡਾਂ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਹੋਵੇਗਾ ਜਾਂ ਫਿਰ ਇਸ ਵਾਰ ਕੁਝ ਅਲੱਗ ਲੈ ਕੇ ਆਉਂਦੇ ਨੇ ਜਗਦੀਪ ਸਿੱਧੂ ਤੁਹਾਡੀਆਂ ਕੀ ਉਮੀਦਾਂ ਨੇ ਤੁਸੀਂ ਦੱਸ ਲਗਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਤੇ ਤੁਹਾਨੂੰ ਸੁਫਨਾ ਫਿਲਮ ਕਿਹੋ ਜੀ ਲੱਗੀ ਸੀ ਇਹ ਵੀ ਦੱਸਣਾ ਨਾ ਭੁੱਲਣਾ ਇਸ ਦੇ ਨਾਲ ਹੀ ਮੈਨੂੰ ਯਾਨੀ ਸਿਮਰਨ ਹੰਸ ਨੂੰ ਦੇ ਹੋ ਇਜਾਜ਼ਤ ਜ਼ਰੂਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਲੈ ਕੇ